ਥੋੜ੍ਹਾ ਜਿਹਾ ਸਮਾਂ ਦਾਸ ਵੀ ਲਾਣਗੇ। ਹੁਕਮ ਹੋਇਆ ਸੰਗਤ ਦਾ, ਮਹਾਂਪੁਰਸ਼ਾਂ ਦਾ, ਬਾਬਾ ਜੀ ਆਏ ਹੈ, ਬਹੁਤ ਕਿਰਪਾ ਕੀਤੀ ਹੈ। ਧੰਨ ਧੰਨ ਬਾਬਾ ਨੰਦ ਸਿੰਘ ਜੀ, ਕਲੇਰਾਂ ਵਾਲੇ ਮਹਾਂਪੁਰਖਾਂ ਦੇ ਵਰਸਾਏ, ਮਹਾਂਪੁਰਖਾਂ ਦੇ ਸਥਾਨ ਤੋਂ ਆਏ ਸੰਤ ਬਾਬਾ ਲੱਖਾ ਸਿੰਘ ਜੀ ਨਾਨਕ ਸਰ ਕਲੇਰਾਂ। ਮਾਘ ਦੇ ਮਹੀਨੇ ਵਿੱਚ ਲੱਖਾਂ ਹੀ ਸੰਗਤਾਂ ਰੋਜ਼ ਸਵੇਰੇ ਉੱਥੇ ਹਾਜ਼ਰੀਆਂ ਭਰਦੀਆਂ। ਇਹਨਾਂ ਦਿਨਾਂ ਵਿੱਚ ਆਉਣਾ ਇਹਨਾਂ ਦਾ ਬੜਾ ਮੁਸ਼ਕਲ ਹੁੰਦਾ। ਅਸੀਂ ਵੀ 26 ਜਨਵਰੀ ਦੀ ਬੜੀਆਂ ਬੇਨਤੀਆਂ ਕੀਤੀਆਂ। ਬਾਬਾ ਜੀ ਕਹਿਣ ਲੱਗੇ ਉਹ ਦਿਨ ਆਉਣਾ ਬੜਾ ਮੁਸ਼ਕਲ ਹੈ, ਪਰ ਇੱਥੋਂ ਦੀ ਸੰਗਤ ਦੇ ਭਾਗ ਬੜੇ ਚੰਗੇ ਹੈ ਕਿ ਤੁਹਾਡੀ ਹੁਕਮ ਨੂੰ ਮੰਨ ਕੇ ਸੰਗਤ ਦੇ ਬਾਬਾ ਜੀ ਆਏ ਹੈ। ਮੈਂ ਸਾਰੀਆਂ ਸੰਗਤਾਂ ਵੱਲੋਂ ਬਾਬਾ ਜੀ ਨੂੰ ਜੀ ਆਇਆਂ ਨੂੰ, ਜੀ ਆਇਆਂ ਨੂੰ, ਜੀ ਆਇਆਂ ਨੂੰ ਕਹਿੰਦਾ। ਔਰ ਜਿਹੜਾ ਉਪਦੇਸ਼ ਆ ਕੇ ਉਹਨਾਂ ਨੇ ਸਾਂਝੀ ਵਾਲਤਾ ਦਾ, ਗੁਰਮਤ ਦਾ ਸਿਧਾਂਤ ਦੱਸਿਆ, ਜੇ ਅਸੀਂ ਮਹਾਂਪੁਰਖਾਂ ਦੇ ਬਚਨਾਂ ਦੀ ਕਮਾਈ ਕਰਾਂਗੇ ਸਾਡਾ ਭਲਾ ਹੋਏਗਾ। ਉੱਤਮ ਸਲੋਕ ਸਾਧ ਕੇ ਬਚਨ, ਅਮਲੀਕ ਲਾਲ ਇਹ ਰਤਨ, ਸੁਨਤ ਕਮਾਵਤ ਬਹੁਤ ਉਧਾਰ ਆਪ ਤਰੇ, ਲੋਕਾਂ ਨਿਸਤਾਰ। ਤਾਂ ਆਓ ਥੋੜ੍ਹਾ ਜਿਹਾ ਸਮਾਂ ਸਾਰੇ ਮਨ ਜੋੜ ਲਇਓ ਜੀ, ਜਿੱਥੇ ਜਿੱਥੇ ਸੰਗਤਾਂ ਬੈਠੀਆਂ ਨੇ। ਕੋਈ ਗੁਰੂ ਦੀ ਹਜ਼ੂਰੀ 'ਚ ਬੈਠਾ, ਕੋਈ ਬਾਹਰ ਲੰਗਰ ਦੀ ਸੇਵਾ ਕਰ ਰਿਹਾ, ਕੋਈ ਜੋੜਿਆਂ ਦੀ ਕਰ ਰਿਹਾ, ਕੋਈ ਜਲ ਪਿਲਾਉਣ ਦੀ। ਗੁਰੂ ਹਰ ਰਾਏ ਸਾਹਿਬ ਸੱਚੇ ਪਾਤਸ਼ਾਹ ਦੇ ਨਾਮ ਦੇ ਭੰਡਾਰੇ ਚੱਲ ਰਹੇ ਨੇ। ਜਿੱਥੇ ਜਿੱਥੇ ਕੋਈ ਸੇਵਾ ਕਰ ਰਿਹਾ ਭਾਈ, ਥੋੜ੍ਹਾ ਸਮਾਂ ਸਾਰੇ ਨਾਲ ਨਾਲ ਗੁਰਬਾਣੀ ਗਾਵਿਓ, ਤਾਂ ਕਿ ਸਾਡਾ ਇਹ ਸਮਾਗਮ ਸਾਰਾ santbani.com 'ਤੇ ਦੇਸ਼ਾਂ ਵਿਦੇਸ਼ਾਂ 'ਚ ਸੰਗਤਾਂ ਜੋ ਦੇਖ ਰਹੀਆਂ ਨੇ ਉਹ ਵੀ ਵੇਖ ਕੇ ਪ੍ਰਭਾਵਿਤ ਹੋਣ ਵੀ ਕਾਬਲ ਦੀ ਸੰਗਤ ਵਿੱਚ ਕਿਤਨਾ ਪਿਆਰ ਹੈ। ਪਿਆਰ ਨਾਲ ਜਪੋ ਸ੍ਰੀ ਵਾਹਿਗੁਰੂ, ਆਓ ਸਾਰੇ ਜੁੜ ਗਏ। ਵਾਹਿਗੁਰੂ, 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 ਵਾਹਿਗੁਰੂ।
चिंता जहां तहां प्रभ तू वर्तनता सोए अचिंता जागे अचिंता जहां तहां प्रभ वाहे गुरु वाहे गुरु वाहे गुरु वाहे गुरु वाहे गुरु वाहे गुरु Thank you.
मात पिता हरि राया
साथ तुम्हारे प्रभु ग्रह सेवक जो रहे गुर की आज्ञा मन में सहे आपस को कर कछ ना गिनावे हर हर नाम हृदय सद त्यावे मन बेचे सारे जपो ना जी मन बेचे सतगुर के पास तिस सेवक के कार्य रास सेवा करत होए ने कामी तिसको होत परापत स्वामी अपनी कृपा जिस आप करे नानक सो सेवक गुर की मत ले। साथ संगत एक हुक्म मनना होंदा है एक हुक्म बुझना जेड़ा हुक्म मन लेंदा है गुरु दा उसके उत्ते भी बड़ी प्रसन्नता है। पहले तो हुक्म सुनना ही बड़ा मुश्किल है कईयां ने सुनिया पर मनिया ने पर तन ओहन जिन्हां ने सुनिया उतों भी तन ओहन जिन्हां ने फिर सुन के मन लिया। एक सुनना एक मनना गुरु दे हुक्म नूं ते इसी उत्ते एक अवस्था है जिहड़ा हुक्म गुरु दे हुक्म नूं बुझ लवे गुरु दे मन विच की है सेवक समझ जावे। प्यार नाल जपो श्री दास देखदा रहे बाबा साधु सिंह जी दे मन विच जो आना बाबा लखा सिंह जी दे मन विच पहले ही ओ गल आ जाती
ਸੇਵਕ ਨੇ ਆਪਣੇ ਸਵਾਮੀ ਦੇ ਹੁਕਮ ਨੂੰ ਬੁੱਝ ਲੈਣਾ ਬਈ ਮੇਰੇ ਮਾਲਕ ਦੀ ਪ੍ਰਸੰਨਤਾ ਕਿਸ ਪਾਸੇ ਹੈ, ਉਹਦਾ ਮਨ ਕਿੱਥੇ ਹੈ। ਅਜੇ ਬੋਲੇ ਕੋਈ ਨਹੀਂ ਮੁੱਖੋਂ, ਪਿਆਰ ਨਾਲ ਜਪੋ ਸ੍ਰੀ। ਇਹ ਬੜੀ ਉੱਚੀ ਅਵਸਥਾ, ਸੁਣਨਾ, ਮੰਨਣਾ ਅਤੇ ਫਿਰ ਹੁਕਮ ਨੂੰ ਬੁੱਝ ਲੈਣਾ। ਕਿਉਂਕਿ ਸੇਵਕ ਦੇ ਅੰਦਰ ਵੀ ਸਵਾਮੀ ਤਾਂ ਬੈਠਾ। ਜਿਸ ਵੇਲੇ ਸਵਾਮੀ ਦੇ ਮਨ ਵਿੱਚ ਖਿਆਲ ਆਇਆ ਇਸ ਗੱਲ ਦਾ, ਸੇਵਕ ਦੇ ਅੰਦਰ ਪਹਿਲਾਂ ਹੀ ਘੰਟੀ ਵੱਜ ਗਈ ਬਈ ਸਵਾਮੀ ਨੂੰ ਇਸ ਵੇਲੇ ਇਸ ਚੀਜ਼ ਦੀ ਲੋੜ ਹੈ, ਇਸ ਬਾਤ ਦੇ ਉੱਤੇ ਉਸਦੀ ਪ੍ਰਸੰਨਤਾ ਹੈ। ਉਹ ਫਿਰ ਕੰਮ ਹੀ ਉਹੀ ਕਰਦਾ ਜਿਹੜਾ ਸਵਾਮੀ ਉਸ ਤੋਂ ਕਰਵਾਉਂਦਾ। ਗੁਰੂ ਹਰਿ ਰਾਏ ਸਾਹਿਬ ਦਾ ਜ਼ਿਕਰ ਕਰ ਰਹੇ ਸਨ ਬਾਬਾ ਜੀ। ਇਸੇ ਤਰ੍ਹਾਂ ਇੱਕ ਗੁਰੂ ਕਾ ਸੇਵਕ ਭਾਈ ਗੁੰਦਾ ਰੋਜ਼ ਗੁਰੂ ਹਰਿ ਰਾਏ ਸਾਹਿਬ ਦੇ ਚਰਨਾਂ ਵਿੱਚ ਆ ਕੇ ਸੇਵਾ ਕਰਦਾ। ਕਾਬਲ ਤੋਂ ਸੰਗਤ ਆਈ, ਬੇਨਤੀ ਕੀਤੀ, ਪਾਤਸ਼ਾਹ ਗੁਰੂ ਨਾਨਕ ਸਾਹਿਬ ਕਾਬਲ ਵਿੱਚ ਆ ਕੇ ਸਿੱਖੀ ਦਾ ਬੂਟਾ ਲਾ ਕੇ ਗਏ, ਕਿਰਪਾ ਕਰੋ ਹੁਣ ਤੁਸੀਂ ਵੀ ਚਰਨ ਪਾਓ। ਗੁਰੂ ਹਰਿ ਰਾਏ ਸਾਹਿਬ ਬੋਲੇ ਸਾਨੂੰ ਹੁਕਮ ਨੇ ਅਸੀਂ ਕੀਰਤਪੁਰ ਸਾਹਿਬ ਹੀ ਰਹਿਣਾ ਹੈ, ਪਰ ਅਸੀਂ ਆਪਣਾ ਇੱਕ ਸੇਵਕ ਭਾਈ ਗੋਂਦਾ ਤੁਹਾਡੇ ਨਾਲ ਭੇਜ ਦੇ। ਮਹਾਰਾਜ ਜੀ ਤੁਹਾਡਾ ਸੇਵਕ ਵੀ ਸਾਨੂੰ ਪੂਜਨ ਯੋਗ, ਪਰ ਕਿਤੇ ਤੁਹਾਡਾ ਦਰਸ਼ਨ ਅਤੇ ਕਿਤੇ ਤੁਹਾਡਾ ਸੇਵਕ। ਆਖਿਆ ਮੇਰੇ ਅਤੇ ਮੇਰੇ ਸੇਵਕ ਦੇ ਵਿੱਚ ਕੋਈ ਫਰਕ ਨਾ ਸਮਝਿਓ, ਪਿਆਰ ਨਾਲ ਜਪੋ ਸ੍ਰੀ। ਜੋ ਗੋਂਦੇ ਦਾ ਪਿਆਰ ਨਾਲ ਦਰਸ਼ਨ ਕਰੇਗਾ, ਗੋਂਦੇ ਦੀ ਸੇਵਾ ਕਰੇਗਾ, ਉਸਨੂੰ ਮੇਰੇ ਦਰਸ਼ਨ ਅਤੇ ਸੇਵਾ ਦਾ ਫਲ ਮਿਲੇਗਾ। ਪਹਿਲੀ ਸੰਗਤ ਜਿਹੜੀ ਹੁੰਦੀ ਸੀ ਸੱਤ ਬਚਨੀ ਹੁੰਦੀ ਸੀ, ਹੁਣ ਤਾਂ ਟਿੱਕਾਂ ਟਿੱਪਣ ਸਭ ਨੇ ਸਿਰ ਚੁਕਾਇਆ। ਸੱਤ ਬਚਨ ਸਤਿਗੁਰੂ ਭਾਈ ਗੋਂਦਾ ਜੀ ਜਾਓ ਸੰਗਤ ਨਾਲ ਕਾਬਲ, ਗੁਰੂ ਨਾਨਕ ਦੀ ਪਿਆਰੀ ਸੰਗਤ ਨਾਮ ਜਪਾਓ। ਪਾਤਸ਼ਾਹ ਤੁਸੀਂ ਤਾਂ ਕਹਿ ਦਿੱਤਾ ਸੰਗਤ ਨੂੰ ਕਿ ਜਿਸਨੇ ਗੋਂਦੇ ਦਾ ਦਰਸ਼ਨ ਕੀਤਾ ਉਹਨੂੰ ਮੇਰੇ ਦਰਸ਼ਨ ਦਾ ਫਲ, ਪਰ ਗੋਂਦਾ ਤੇਰੇ ਦਰਸ਼ਨਾਂ ਤੋਂ ਬਿਨਾਂ ਨਹੀਂ ਰਹਿ ਸਕਦਾ। ਗੋਂਦਿਆ ਤੂੰ ਫਿਕਰ ਨਾ ਕਰ, ਰੋਜ਼ ਮੈਨੂੰ ਉੱਥੇ ਯਾਦ ਕਰੀ, ਨਿਤਨੇਮ ਕਰੀ, ਮੈਂ ਤੇਰੇ ਕੋਲ ਵਸਾਂਗਾ, ਤੇਰੇ ਕੋਲ ਹੋਵਾਂਗਾ। ਮਨ ਅਤ ਵਿਆਕਲ ਹੋ ਜਾਵੇ ਜਿਸ ਦਿਨ ਦਰਸ਼ਨਾਂ ਨੂੰ ਆਸਨ ਵਿਛਾਇਆ ਹੋਏਗਾ ਨਾ, ਜਿਹੜਾ ਤੂੰ ਰੋਜ਼ ਸਵੇਰੇ ਉੱਠ ਨਿਤਨੇਮ ਤੋਂ ਪਹਿਲਾਂ ਮੇਰੇ ਲਈ, ਜਦੋਂ ਮਨ ਵਿਆਕਲ ਹੋਵੇ ਅਰਦਾਸ ਕਰੀ, ਮੈਂ ਤੈਨੂੰ ਕਾਬਲ ਵਿੱਚ ਬੈਠਿਆ ਹੀ ਉੱਥੇ ਦਰਸ਼ਨ ਦੇ। ਮਹਾਰਾਜ ਜੀ ਬਚਨ ਕਰਦੇ ਸਨ, ਸੂਰਜ ਇੱਕ ਜਿਤਨੇ ਪਾਣੀ ਦੇ ਘੜੇ ਭਰ ਕੇ ਰੱਖ ਦਿਓ ਨਿਰਮਲ ਜਲ ਦੇ ਵਿੱਚ, ਉਤਨੇ ਘੜਿਆਂ ਵਿੱਚ ਸੂਰਜ ਦਾ ਅਕਸ਼। ਇਸੇ ਤਰ੍ਹਾਂ ਗੁਰੂ ਇੱਕ ਜਿਤਨੇ ਪਿਆਰ ਵਾਲੇ ਹਿਰਦੇ ਦੇਸ਼ ਪ੍ਰਦੇਸ਼ ਵਿਦੇਸ਼ ਵਿੱਚ ਬੈਠੇ ਸੇਲੇ ਗੁਰੂ ਹਰਿ ਰਾਏ ਸਾਹਿਬ ਦਾ ਗੁਰਪੁਰਬ ਮਨਾ ਰਹੇ ਨੇ, ਜੋ ਕਿੱਥੇ ਬਹਿ ਕੇ ਭਾਵਨਾ ਨਾਲੇ ਗੁਰਪੁਰਬ ਮਨਾਏਗਾ, ਗੁਰੂ ਹਰਿ ਰਾਏ ਸਾਹਿਬ ਦੀਆਂ ਬਰਕਤਾਂ ਉਸਦੇ ਘਰ ਉੱਥੇ ਹੀ ਵਸਣ। ਜਿਸ ਤਰ੍ਹਾਂ ਅੱਜ ਇੱਥੇ ਦੁਆਰਕਾ ਵਿੱਚ ਪਈਆਂ ਵਸਦੀਆਂ, ਕੋਈ ਕੋਈ ਦਿਨ ਹੁੰਦੇ ਨੇ, ਕੋਈ ਦਿਹਾੜੇ ਹੁੰਦੇ ਨੇ, ਕੋਈ ਸਮਾਂ ਹੁੰਦਾ, ਉਸ ਦਿਨ ਫਿਰ ਗੁਰੂ ਦੀ ਬਖਸ਼ਿਸ਼ ਉੱਥੇ ਵਸਦੀ। ਅੱਜ ਜਿਵੇਂ ਬੱਦਲ ਆਉਂਦੇ, ਕਈ ਵਾਰੀ ਅਸੀਂ ਵੇਖਦੇ ਹਾਂ ਬਈ ਇੱਥੇ ਮੀਂਹ ਪਿਆ ਪੈਂਦਾ, ਨਾਲ ਵਾਲੀ ਗਲੀ ਵਿੱਚ ਮੀਂਹ ਨਹੀਂ ਪੈਂਦਾ, ਸਾਵਣ ਭਾਦੋ ਦੇ ਮੀਂਹ ਵੀ ਇਸੇ ਤਰ੍ਹਾਂ। ਇਸੇ ਤਰ੍ਹਾਂ ਆ ਵੇਖੋ, ਨਾਲ ਦੀਆਂ ਗੱਲੀਆਂ ਸੁਣੀਆਂ ਪਈਆਂ, ਪਰ ਜਿੱਥੇ ਗੁਰੂ ਹਰਿ ਰਾਏ ਸਾਹਿਬ ਦਾ ਸੋਹਣਾ ਸਥਾਨ ਬਣਿਆ, ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਸੰਗਤਾਂ ਆ ਕੇ ਇੱਥੇ ਗੁਰੂ ਦੀਆਂ ਬਖਸ਼ਿਸ਼ਾਂ ਨਾਲ ਝੋਲੀਆਂ ਪਈਆਂ ਭਰਦੀਆਂ। ਜਿਹੜਾ ਪਹਿਲੇ ਸਾਲ ਇਕੱਲਾ ਆਉਂਦਾ, ਦੂਜੇ ਸਾਲ ਦੋ ਹੋ ਜਾਂਦੇ, ਤੀਜੇ ਸਾਲ ਫਿਰ ਤੀਜਾ ਬੱਚਾ ਵੀ ਚੁੱਕ ਕੇ ਨਾਲ ਲਿਆਉਂਦਾ। ਮਾਈਆਂ ਪਿਆਰ ਨਾਲ ਜਪੋ ਸ੍ਰੀ। ਸਾਚੇ ਸਾਹਿਬਾ ਕਿਆ ਨਹੀਂ ਕਰਦੇ, ਭਰੋਸੇ ਦੀ ਲੋੜ, ਵਿਸ਼ਵਾਸ ਦੀ ਲੋੜ, ਸ਼ਰਧਾ ਦੀ ਲੋੜ। ਬਾਬਾ ਜੀ ਕਿਆ ਕਰਦੇ ਸਨ, ਜੇ ਸਿੱਖ ਦੀ ਗੁਰੂ ਗ੍ਰੰਥ ਸਾਹਿਬ ਦੇ ਦਰ ਤੋਂ ਪੂਰੀ ਨਹੀਂ ਪਈ, ਉਹਦੀ ਕਿਤੋਂ ਪੂਰੀ ਪਈ ਨਹੀਂ ਸੀ। ਗੋਂਦਾ ਨਾਲ ਗਿਆ ਸੰਗਤ ਦੇ, ਕੁਝ ਸਮਾਂ ਬੀਤਿਆ, ਅੱਜ ਮਨ ਵਿਆਕਲ ਹੈ ਗੁਰੂ ਦੇ ਦਰਸ਼ਨਾਂ ਤੋਂ ਬਿਨਾਂ। ਅੰਮ੍ਰਿਤ ਵੇਲੇ ਉੱਠ ਨਿਤਨੇਮ ਕਰਦਾ, ਆਸਨ ਵਿਛਾਇਆ ਜਿਵੇਂ ਗੁਰੂ ਨੇ ਆਖਿਆ ਸੀ।
ते अज मन व्याकल है अरदास कीती मेरे सतगुरु कितने दिन हो गए हुण तां एक कड़ी इवें लगदी है जिवें जुग पे बीतदे एक कड़ी न मिलते तां कल जुग होता हुण कद मिलिए प्रिया तुद भगवंता मोय रहण न बिखावे नींद न आवे जिन्हां दा गुरु नाल प्यार है ना उन्हां नूं राती नींदर नहीं आउंदी ते जिन्हां दा प्यार कोई नहीं उन्हां नूं अमृत वेले जाग कोई नहीं आउंदी प्यार नाल जपो श्री अज मन व्याकल नेत्रां विच जल अखां बंद हाथ जुड़े न अरदास विच मन जिस वेले जुड़िया मेरे पातशाह दर्शन दे आवाज आई गाउंदी अखां खोल मैं तां तेरे कोल बैठा अखां खुलियां ते की तकदा है ओ जेड़ा आसन रोज विछांदा सी उस आसन ते गुरु हर राय साहिब प्रगट रूप विच दर्शन दे रहे जहां चरण पकड़े हुण चरण नहीं छड़े दुपहरा हो गईयां इत्थे संगत संगत बुए दे बार खलोती है अज भाई साहब ने धर्मशाल दा बुआ नहीं खोलिया बई वेख इत्थे कीरतपुर साहब दीवान दोपहर हो गई सेवक आया पातशाह लंगरां दा वेला चलो प्रसाद छको सतगुरु बोले किवें उठा काबल विच भाई गोंदा साडे चरण पकड़ के बैठा छड़दा ही ए दो अंगी प्रीत दो अंगी मच्छी दी प्रीत पानी नाल पानी दी प्रीत मच्छी नाल पतंगे दी प्रीत शमा नाल शमा दी प्रीत पतंगे नाल पवरे दी प्रीत फुल नाल फुल दी प्रीत पवरे नाल कोई नहीं पर साथ संगत सिख ते गुरु दी प्रीत महाराज जी क्या करदे सन ए दो अंगी प्रीत है कोई प्रेम नाल प्यार विच सरदार नाल गुरु नानक दे दर ते एक कदम भी चले ना तां गुरु नानक पातशाह नूं करोड़ां कदम अगों लैण जांदे चरण सरन गुर एक पिंडा जाए चल सतगुर कोट पिंडा आगे हो एक बार सतगुर मंत्र सिमरन मात्र सिमरन ताए बारंग बार गुर कहते तू एक वेरा तिहाड़ी विच प्यार नाल गुरु हर राय साहब नु याद कर गुरु हर राय साहब दिन विच सिखा तेनू कितनी वेरा याद कर दे कहने लगे की करिए गोंदा चरण पकड़ के बैठा है कावल छड़दा नहीं इत्थे संगत अंदर आई भाई गोंदे नु हिलाया जिस वेले भाई साहब सावधान हो क्योंकि गोंदे नु दर्शन हो रहे न संगत नु दर्शन नहीं वेखण वाली अखां जो चाहिए भावना दी अख नहीं बाबा जी क्या करदे सन कोई कहिंदा है गुरु ग्रंथ साहिब शाही है कोई पत्रे आखदा है कोई जिलद आखदा है धन बाबा नंद सिंह जी बोले मेरी जबान जल जावे ये अखर मैं आखा कोई मेरी अख लैके वेखो गुरु नानक बैठा है भावना दी गल एक वेरा ग्रंथी गुरु ग्रंथ साहिब दे ताबिया बैठा गुरु साहिब दे चौर पिया कर बार बार चौर गुरु साहिब नूं लगे बाबा जी आए कहन लगे तेनू इन्नी भी अकल नहीं चौर फेरन दी गुरु साहब दे सिर विच बार बार चौर मारी जाने प्यार नाल जपो श्री उन्हां नूं प्यार दिसदा गुरु नानक बैठा है प्यार नाल जपो श्री अज हरिमंदर साहब बैठे वेखो ना किवें उच्चे करके चौर करदे नानक सर जाओ खड़ो के चौर कर दे प्यार नाल जपो श्री जितनी भावना जितनी श्रद्धा जितना प्रेम अपने गुरु नाल करेगा गुरु तेरे उतने नेड़े हो जाए ते भावना घट उतना गुरु दूर भावें घर गुरु ग्रंथ साहब है सिख नूं फुर्सत नहीं गुरु दे जाके कमरे विच मत्था तां टेक के पर जितनी भावना होएगी फल भी तां उतना ना साध संगत जपो श्री जिस वेले गोंदास बिरती उतान होई चरण ध्यान विचों छुट्टे खेड़तां ध्यान दी है खेड़तां ध्यान दी है आ कछू आंडा जेड़ा है ना बाहर रेत विच दिंदा है ध्यान अंदर पानी विच बह के करदा है ते विचों अंडे कढ लैंदा है साध संगत जपो श्री ध्यान विच कितनी शक्ति
सिमरन विच कितनी शक्ति कुंजा किथे आके चौगा चुगदियां बच्चे दा ध्यान कर दियां चौगे दा आधार उन्हां नूं उत्थे पहुंचे गौंदे दा ध्यान सी गुरु दे चरणां विच पर पक असी तां संगत विच वी बह के ध्यान दूजियां दी गल्लां विच लांदियां कन्न उत्थे रखनियां फलाणा केड़ी पिया गल कर पर जेड़ा आके गुरु दे शब्द विच मन जोड़ के बिरती इकट्ठी करके बाहरों सारे पासा मन संकोच के ध्यान ला के जदों बाणी पढ़दा सुनदा ते फिर आखदा अज आनंद आया आनंद कितों बाहरों तो नहीं आया आनंद तेरे अंदर सी पर अज तू गुरु दे नाल जिस वेले अंदरों मिले हैं ते तेनू बाणी दा रस आया तेरे तेरी रसना ने आख्या अज बड़ा आनंद आया प्यार नाल जपो श्री ध्यान छुटिया चरण छुटे ध्यान विचों उते कीरतपुर साहब सतगुरु उठ खलोते इत्थे संगतां ने समा नोट कर लिया आई गौंदा आएगा पुछा समा पा के गौंदा जिस वेले कीरतपुर आया वापस साध संगत संगतां ने कई प्रेमी होंदे ने पुछिया गौंदिया उस दिन की होया सी काबल फलानी तरीक फलाने समय आख्या मैं ध्यान विच बैठा जिस वेले अरदास कीती तां मेरे सच्चे पातशाह ने मैनू उत्थे दर्शन बख्शे गौंदिया तू चरण पकड़े सन आख्या हाँ बस तू उत्थे चरण पकड़ी बैठा रहे हैं ते ते सतगुरु दोपहरां तक उठे ही नहीं क्यों कहिंदे गौंदा चरण ही नहीं छड्डदा ऐसी प्रीत होवे ऐसी गुरपुरब मनाया उन्हां दा सफल अज जिन्हां ने आके गुरु हर राय साहब दे चरणां नाल कीती प्रीत फिर उन्हां नूं क्यों ना खुशियां देवे सतगुरु आवे शब्द पांच मिनट गौर फिर समाप्ति बाबा जी दूरों चल के आए उन्होंने मुड़ वापस पहुंचना है नानक सार असी महापुरखों को अज यही असीस लैनी है महापुरखो जो तुहाडे अंदर लगन तुहाडे अंदर प्यार जो तुहाडे अंदर भावना गुरु ग्रंथ साहब की है जो बाबे नन सिंह ने तुहाडे हिरदे पाई है अज कोई किणका साढ़े झोली विच भी पा जाओ साडा गुरपुरब मनाया सफल हो साड़ी भावना गुरु ते बन आवे साड़ा भरोसा बन आवे सिख कदे भी गुरु दा दर छड़ के किते ना जावे गुरपुरब मनाया सफल हो गया
ਮੋਖ ਪ੍ਰਾਪਤੀ ਜੀਆ ਮੇਰੇ ਇੱਕ ਹੱਥ ਜਨਮ ਪਦਾਰ ਤੇ ਸਫਲ ਹੈ ਜੀ ਸੱਚਾ ਸ਼ਬਦ ਕਰਦੇ ਖੁਸ਼ੀਆਂ ਪਾਤਸ਼ਾਹੀਆਂ ਸਤਗੁਰ ਤੇਰੇ ਸਤਗੁਰ ਸਭ ਧੰਦ ਹੈ ਸਭ ਮਿੱਥਿਆ ਮਾਏ ਲੱਖ ਖੁਸ਼ੀਆਂ ਲੱਖ ਖੁਸ਼ੀਆਂ ਪਾਤਸ਼ਾਹੀਆਂ ਸਤਿਗੁਰ ਨੇ ਤੇਰੇ ਕਰੇ ਸਤਿਗੁਰ ਨੇ ਤੇਰੇ
ਸਫਲਾ ਕੜੀ ਜਿੱਤ ਸੱਚੇ ਨਾਲ ਪਿਆਰ ਦੁੱਖ ਸੰਤਾਪ ਨਾ ਲੱਗੇ ਜਿਸ ਹਰ ਕਾ ਨਾਮ ਆਧਾਰ ਬਾਹਾਂ ਪਕੜ ਗੁਰ ਕਾਟਿਆ ਬਾਹਾਂ ਪਕੜ ਗੁਰ ਕਾਟਿਆ ਸੋਈ ਉਤਰਿਆ ਲੱਖ ਖੁਸ਼ੀਆਂ ਪਾਤਸ਼ਾਹੀਆਂ ਸਤਿਗੁਰ ਨੇ ਤੇਰੇ ਅਨੁਗ੍ਰਹਿ ਸਭ ਸਤਿਗੁਰ ਸਤਿਗੁਰ ਹੋਏ ਦਿਆ ਨਾ ਕਬਹੂ ਚੂਰੀਏ ਸਤਿਗੁਰ ਹੋਏ ਦਿਆ ਨਾ ਕਬਹੂ ਚੂਰੀਏ ਸਤਿਗੁਰ ਹੋਏ ਦਿਆ ਨਾ ਚਮਕਾ ਡਰ ਕੇ ਹਾ ਸਾਧੀ ਸੁਖ ਤਿਹਾ ਸਾਧੀ ਸੁਖ ਤਿਹਾ ਸਤਿਗੁਰ ਹੋਏ ਤਿਹਾ ਨੌ ਨਿਧ ਪਾਈਏ ਸਤਿਗੁਰ ਹੋਏ ਤਿਹਾ ਨੌ ਨਿਧ ਪਾਈਏ ਸਤਿਗੁਰ ਹੋਏ
समाइए सतगुर होए दयाल ता सच समाइए लख खुशियां लख खुशियां लख खुशियां पातशाहियां सतगुर ਟੁਟਾਣ ਤੋੜ ਸ਼ੁਕਰਾਨਾ ਹੈ ਬਾਬਾ ਜੀ ਦਾ ਮਹਾਰਾਜ ਜੀ ਦਾ ਮੁਨੀ ਸਾਹਿਬ ਸਾਨੂੰ ਮਹਾਂਪੁਰਖਾਂ ਦਾ ਜਾਂ ਰੱਬ ਰੂਪ ਸੰਗਤਾਂ ਦਾ ਧੰਨਵਾਦ ਸ਼੍ਰੀ ਹਰਿਮੰਦਰ ਸਾਹਿਬ ਤੋਂ ਆਏ ਸਿੰਘ ਸਾਹਿਬਾਨਾਂ ਦਾ ਧੰਨਵਾਦ ਬਹੁਤ ਹੀ ਪਰਮ ਸਤਿਕਾਰਯੋਗ ਨਾਨਕ ਸਰ ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਦੇ ਸਥਾਨ ਤੋਂ ਆਏ ਬਾਬਾ ਸਾਧੂ ਸਿੰਘ ਜੀ ਦੇ ਵਰਸਾਏ ਸੰਤ ਬਾਬਾ ਲੱਖਾ ਸਿੰਘ ਜੀ ਜੀ ਆਇਆਂ ਨੂੰ ਸਾਰਿਆਂ ਨੂੰ ਸਾਰੀਆਂ ਸੰਗਤਾਂ ਨੂੰ ਜੀਆਂ ਨੂੰ ਇੱਥੋਂ ਦੇ ਪ੍ਰਬੰਧਕਾਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰੂ ਜੀ ਸਾਰੀ ਪ੍ਰਬੰਧਕ ਕਮੇਟੀ ਦੇ ਸੰਗਤਾਂ ਦੇ ਸਿਰ 'ਤੇ ਮਿਹਰ ਪ੍ਰਿਆਤ ਰੱਖਣ ਆਪਣੀ ਸੇਵਾ ਅੱਗੇ ਆਪ ਲੈਣ
ਅੱਜ ਗੁਰਪੁਰਬ ਦੀਆਂ ਸੱਤਵੇਂ ਪਾਤਸ਼ਾਹ ਦੇ ਆਗਮਨ ਪੁਰਬ ਦੀਆਂ ਸਰਬਤ ਸੰਗਤਾਂ ਨੂੰ ਕੋਟਾਨ ਕੋਟ ਵਧਾਈਆਂ। 31 ਤਰੀਕ ਪਰਸੋਂ ਪਵਿੱਤਰ ਪੂਰਨਮਾਸ਼ੀ ਦਾ ਵੀ ਦਿਨ ਹੈ। ਸਤਿਗੁਰੂ ਬਖਸ਼ਿਸ਼ ਕਰਨ ਕਿ ਗੁਰਪੁਰਬ ਅੱਗੇ ਆਉਣ ਵਾਲੇ ਸੰਗਤਾਂ ਨੂੰ ਮਨਾਉਣ ਦਾ ਸਤਿਗੁਰੂ ਬਲ ਬਖਸ਼ਣ, ਇਤਨੀ ਕੁ ਹਾਜ਼ਰੀਆਂ ਪ੍ਰਵਾਨ ਕਰ ਲੈਣੀਆਂ। ਫਿਰ ਜਦੋਂ ਸਤਿਗੁਰੂ ਜੀ ਇੱਥੇ ਭੇਜਣਗੇ, ਰਸਨਾ ਨਾਲ ਤੁਹਾਡੇ ਜੋੜੇ ਚਾੜਾਂਗੇ। ਖੁਸ਼ੀਆਂ ਬਖਸ਼ੋ, ਪਿਆਰ ਸਾਹਿਬ ਸਾਰੇ ਫਤਿਹ ਗਜਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਿਰ ਜਾਣ ਦੀ ਕਿਰਪਾਲਤਾ ਕਰਨੀ। ਸਾਰਾ ਦਿਨ ਤੁਸੀਂ ਹਾਜ਼ਰੀ ਭਰੀ ਹੈ, ਅਰਦਾਸ ਤੋਂ ਮੁੱਖ ਨਹੀਂ ਮੋੜਨਾ। ਸਾਰਿਆਂ ਨੇ ਅਰਦਾਸ 'ਚ ਸ਼ਾਮਿਲ ਹੋ ਕੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਹਨ। ਸਾਰੀਆਂ ਸੰਗਤਾਂ ਨੂੰ ਬੇਨਤੀ, ਆਪਣੇ ਸਥਾਨ 'ਤੇ ਬੈਠਣ ਦੀ ਕਿਰਪਾਲਤਾ ਕਰੋ। ਸਤਿ ਸਿੰਘ ਜੀ, ਆਓ ਪਿਆਰ ਦੇ ਨਾਲ ਅਨੰਦ ਸਾਹਿਬ ਜੀ ਦਾ ਪਾਠ। ਰਾਮ ਕਲੀ ਮਹਿਲਾ ਤੀਜਾ, ਸਤਿਗੁਰੂ ਪ੍ਰਸਾਦ ਅਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਕਹੀਂ ਨਾਨਕ ਸੱਚੇ ਸਾਹਿਬ ਕਿਆ ਨਹੀਂ ਹੈ ਤੇਰੇ, ਸਾਚਾ ਨਾਮ ਮੇਰਾਇਆ ਸਾਚਾਂ ਸੁਖ ਮਲਿਆ ਵਸੀਆਂ ਜਿਨੀ ਇੱਛਾ ਸਾਪੂ ਜਾਣੀਆਂ। ਸਤਰੋ ਪਿਆਰੋ ਸਾਚਾ ਨਾਮ ਮਿਰਾਇਆ ਦਾਰੋ ਆਜੇ, ਪੰਚ ਵਰਤ ਘਰ ਸਵਾਗੇ ਘਰ ਸਵਾਗੇ, ਸ਼ਬਦ ਵਾਜੇ ਕਲਾਸ ਘਰ ਧਾਰੀਆਂ,
ਸਿਧ ਕਰ ਅਨੰਦ ਵਾਰ ਅਨੰਦ ਸੁਣੋ ਬਣ।